ਜਸਵੰਤ ਸਿੰਘ ਕਵਲ ਦੀ ਕਹਾਣੀ ਚੀਨੀ ਕਬੂਤਰੀ ਜਗਰਜ ਫਿਰ ਦੋ ਜੋੜੇ ਕਬੂਤਰਾਂ ਦੇ ਆਪਣੇ ਯਾਰ ਰੇਲੂ ਦੇ ਘਰੋਂ ਲੈ ਆਏ ਆ ਜਿਵੇਂ ਉਹੀ ਉਹਦੀ ਜ਼ਿੰਦਗੀ ਦਾ ਇੱਕੋ ਇੱਕ ਆਸਰਾ ਰਹਿ ਗਏ ਸਨ ਏਡੀ ਵਿਸ਼ਾਲ ਦੁਨੀਆ ਚ ਇਹਨਾਂ ਕਬੂਤਰਾਂ ਚੀ ਕੱਤ ਸੋਹਣੀ ਚੀਨੀ ਕਬੂਤਰੀ ਸੀ ਜਿਹਨੂੰ ਉਹ ਬਹੁਤ ਪਿਆਰ ਕਰਦਾ ਸੀ ਜਿਵੇਂ ਉਹਦੀ ਰੂਹੀ ਸੀ ਮਾਂ ਬੱਚੇ ਨੂੰ ਖਡਾਉਂਦੀ ਆਪ ਵੀ ਪਰਚਦੀ ਹੈ ਪਰ ਮਨੁੱਖ ਪਸ਼ੂਆਂ ਤੇ ਜਾਨਵਰਾਂ ਨਾਲ ਕਿਉਂ ਪਿਆਰ ਪਾਉਂਦਾ ਹੈ ਜਾਗਰ ਜਦੋਂ ਵੱਧ ਉਦਾਸ ਰਹਿੰਦਾ ਸੀ ਉਹ 2-3 ਰੁਪਏ ਨਿੱਤ ਦਾ ਕਾਰੀਗਰ ਸੀ ਪਰ ਉਹ ਉੱਚੇ ਤਾਇਆ ਹੀ ਦਿਹਾੜੀ ਤੇ ਜਾਂਦਾ ਸੀ ਦਸਾਂ ਸਾਲਾਂ ਦੀਆਂ ਪੱਤਝੜਾਂ ਨੇ ਇਕੱਠੀਆਂ ਰਲ ਕੇ ਉਹਨੂੰ ویرਾਨ ਕਰ ਦਿੱਤਾ ਉਹ ਇੱਕ ਟੁੰਡਮੁੰਡ ਬ੍ਰਿਜ ਜਾਬਦਾਸੀ ਜੀ ਦੇ ਗਲੋਂ ਫੁੱਲਾਂ ਭਰੀਸ਼ਕ ਪੇਚੇ ਦੀ ਵੇਲ ਲੱਤ ਗਈ ਹੋਵੇ ਛੱਤ ਉੱਤੇ ਵਿੱਠਾਂ ਭਰੇ ਖੁੱਡੇ ਨੂੰ ਉਹ ਸਾਫ਼ ਕੀਤਾ ਵੱਡੀ ਕੁੰਡੀ ਦੀ ਚੰਗੀ ਤਰ੍ਹਾਂ ਮੈਲ ਲਾ ਕੇ ਉਸ 'ਚ ਪਾਣੀ ਪਾਇਆ ਟੁੱਟੇ ਬਾਂਸ ਨਾਲ ਛਤਰੀ ਬਣ ਕੇ ਛੱਤ ਤੇ ਗੱਡ ਦਿੱਤੀ ਕੰਨਿਆ ਮਹੀਨੇ ਪਿਛੋਂ ਉਹਦੀ ਜ਼ਿੰਦਗੀ 'ਚ ਅੱਜ ਥੋੜੀ ਜਿਹੀ ਖੁਸ਼ੀ ਆਈ ਸੀ। ਚੀਨੀ ਉਹਦੇ ਹੱਥਾਂ 'ਤੇ ਕੰਬ ਰਹੀ ਸੀ। ਉਹਦੇ ਪਰ ਜਾਗਰਦੀਆਂ ਫਲਕਾਂ ਵਾਂਗ ਚਪਕ ਚਪਕ ਜਾਂਦੇ ਸਨ। ਜਿਵੇਂ ਬੀਤ ਚੁੱਕੀ ਜ਼ਿੰਦਗੀ ਦਾ ਸੁਪਨਾ ਆਪਣਾ ਲੜ ਚੁੱਕ ਕੇ ਹੱਸਦਾ ਹੈ। ਉਸ ਪਹਿਲੀ ਵਾਰੀ ਕਬੂਤਰ ਨਹੀਂ ਸੰਰਖੇ ਜਦੋਂ 18 ਵਰਿਆਂ ਦਾ ਹੋਇਆ ਸੀ। ਤਦ ਕਿਵੇਂ ਉਹਨੂੰ ਮੂੰਹ ਜ਼ੋਰ ਜਵਾਨੀ ਨੇ ਦੱਬ ਲਿਆ ਸੀ ਤੇ ਲਹੂ ਦੀ ਸ਼ੋਖੀ ਉਹਦੇ ਸੋਲੇ ਰੰਗ 'ਚ ਵੀ ਧਮਕਾ ਮਾਰ ਉੱਠੀ ਸੀ। ਉਹਦੇ ਡੋਲੇਆਂ ਚ ਛੱਲੀਆਂ ਤੇ ਪੱਟਾਂ ਚ ਘੁੱਗੀਆਂ ਪੈ ਪੈ ਜਾਂਦੀਆਂ ਸੀ। ਉਹਦੀ ਮਾਂ ਨਿੱਕੇ ਹੁੰਦੇ ਹੀ ਮਰ ਗਈ ਸੀ। ਘਰ ਚੋਂ ਆਪ ਤੇ ਇੱਕ ਉਹਦਾ ਪੰਜਾਹਾਂ ਨੂੰ ਪਹੁੰਚਿਆ ਬਾਪ ਹੀ ਸੀ। ਤੇ ਜਦੋਂ ਉਸ ਪਹਿਲੀ ਵਾਰ ਕਬੂਤਰ ਲਿਆਂਦੇ ਤਦ ਉਹਦੇ ਬਾਪ ਨੇ ਬੜੀਆਂ ਗਾਲਾਂ ਕੱਢੀਆਂ। ਉਹ ਸਾਰੀਆਂ ਨਿਮੀ ਪਾਈ ਬਿਨਾ ਕੁਝ ਕਹੇ ਚੁਗਾੜ ਤੇ ਬੈਠਿਆਂ ਸੁਣੀਆਂ ਸੀ। ਤੇ ਦੂਜੇ ਦਿਨ ਉਹ ਆਪਣੇ ਯਾਰ ਰੇਲੂ ਨੂੰ ਕਬੂਤਰ ਮੋੜਾ। ਸਖਣਾ ਤੇ ਭਾਂ ਭਾਂ ਕਰਦਾ ਘਰ ਜਵਾਨੀ ਦੇ ਦਿਨਾਂ ਚ ਤੰਗ ਤੰਗ ਜ ਆਪਦਾ ਸੀ ਤੇ ਕਈ ਵਾਰ ਉਹਨੂੰ ਆਪਣਾ ਆਪ ਵੀ ਭਾਰਾ ਭਾਰਾ ਤੇ ਥੱਕਿਆ ਥੱਕਿਆ ਲੱਗਦਾ। ਉਸ ਪਹਿਲੀ ਵਾਰ ਆਪਣੇ ਪਿਤਾ ਦੇ ਖਿਲਾਫ ਗੁੱਸੇ ਭਰਪੂਰ ਸੋਚਿਆ। ਬਾਪੂ ਨੇ ਵੀ ਤਾਂ ਪਹਿਲੀ ਉਮਰੇ ਕਬੂਤਰ ਰੱਖੇ ਹੀ ਸਨ ਤੇ ਹੁਣ ਮੈਨੂੰ ਕਾਹਤੋਂ ਰੋਕਦਾ? ਉਹ ਤਾਂ ਰਹਿ ਨਾ ਹੋਇਆ। ਉਸੇ ਹੱਥ ਨੂੰ ਰੇਲੂ ਤੋਂ ਫੇਰ ਕਬੂਤਰ ਲੈ ਆਇਆ। ਐਤਕੀ ਇੱਕ ਚੀਨੀ ਕਬੂਤਰੀ ਵਿੱਚ ਆ ਗਈ। ਜਿਹੜੀ ਸੋਹਣੀ ਹੋਣ ਨਾਲ ਉੜਦੀ ਤੇ ਲੋਟ-ਪੋਟਣੀਆਂ ਵੀ ਬੜੀਆਂ ਖਾਂਦੀ ਸੀ ਤੇ ਜਾਗਰ ਨੇ ਉਹਦੀ ਪੈਰੀ ਝਾਂਜਰਾ ਪਾ ਦਿੱਤੀ। ਉਦੇ ਪਿਓ ਨੇ ਉਹਨੂੰ ਕਬੂਤਰ ਛੱਡ ਦੇਣ ਨੂੰ ਕਿਹਾ ਪਰ ਜਾਗਰ ਨੇ ਜਿਗਰਾ ਕਰਕੇ ਨਾ ਕਰਤੀ ਉਸ ਫੇਰ ਗਾਲਾਂ ਦੇ ਸੂਰ ਸੋੜ ਧਰ ਧਰ ਲਈ ਤੇ ਆਖਿਆ ਤੇਰੀ ਮਾਂ ਦੀ ਤੈਨੂੰ ਕਿਸੇ ਨੇ ਸਾਥ ਨਹੀਂ ਕਰਨਾ ਪਿਛਲੀ ਉਮਰੇ ਮੇਰੇ ਕਿਉਂ ਤੋਲੇ ਖਰਾਬ ਕਰਾਉਨੇ ਬਾਪੂ ਤੂੰ ਵੀ ਤਾਂ ਕਬੂਤਰ ਰੱਖੀ ਸੀ ਜਾਗਰ ਦੇ ਪਿਓ ਨੂੰ ਇੰਨੀ ਆਸ ਨਹੀਂ ਸੀ ਵੀ ਉਹ ਉਹਦੇ ਸਾਹਮਣੇ ਬੋਲੇਗਾ ਪਰ ਜੇ ਇੱਕੋ ਥਾਂ ਨੂੰ ਬਾਰ-ਬਾਰ ਛੇੜਿਆ ਜਾਵੇ ਤਾਂ ਉਹ ਕੁਦਰਤੀ ਚੀਜ਼ ਦੇ ਉੱਠਦਾ ਹੈ ਤੇ ਅਸੀਂ ਹੈਰਾਨ ਹੋ ਜਾਂਦੇ ਹਾਂ ਜਵਾਨ ਜਾਗਰ ਨੂੰ ਉਸ ਮਰਨਾਂ ਤਾਂ ਹੈ ਨਹੀਂ ਸੀ ਫਿਰ ਵੀ ਉਹ ਨੂੰ ਕਈ ਵਾਰ ਸਮਝਾਉਂਦਾ ਕਿ ਤੇਰੇ ਚੱਜ ਚੰਗੇ ਨਹੀਂ ਪਰ ਨਿਤ ਦੀਆਂ ਅੱਖੀਆਂ ਜਾਂਦੀਆਂ ਗਾਲਾਂ ਆਪਣੇ ਆਪ ਹੀ ਅਸਰਹੀਨ ਹੋ ਗਈਆਂ ਉਹਨਾਂ ਕੋਲ ਥੋੜੀ ਜੀ ਜ਼ਮੀਨ ਵੀ ਸੀ ਜਿਸ ਤੋਂ ਖਾਨ ਜੋਗੇ ਦਾਣੇ ਆ ਜਾਂਦੇ ਸੀ ਤੇ ਦਿਹਾੜੀ ਦੱਪਾ ਕਰਨ ਦੀ ਬਹੁਤੀ ਖੇਚਲ ਨਹੀਂ ਸੀ ਕਰਨੀ ਪੈਂਦੀ ਆਥਨ ਸਵੇਰ ਦਾਣੇ ਪਾਉਣ ਤੇ ਕਬੂਤਰ ਉਡਾਉਣ ਨਾਲ ਜਾਗਰਦੇ ਦਿਨ ਚਾਗੀਆਂ ਪਾਉਂਦੇ ਲੰਘ ਜਾਂਦੇ ਤੇ ਛੱਤ ਤੇ ਫਿਰਦਾ ਉਹ ਕਈ ਵਾਰ ਇਹ ਬੋਲੀ ਪਾ ਕੇ ਬੜਾ ਹੀ ਖੁਸ਼ ਹੁੰਦਾ ਸੀ ਉਰਲੇ ਪਾਸੇ ਢਾਬ ਸੁਣੀਂਦੀ ਪਰਲੇ ਪਾਸੇ ਕਬਰਾਂ ਉੜ ਜਾ ਜਾਨਵਰਾ ਲਿਆ ਮਿੱਤਰਾਂ ਦੀਆਂ ਖਬਰਾਂ ਇੱਕ ਵਾਰ ਉਹਨਾਂ ਦੇ ਪਿੰਡ ਸਰੰਗੀ ਨਾਲ ਗਾਉਣ ਆਲੇ ਆਏ ਤੇ ਉਹ ਸਰੰਗੀ ਤੇ ਇੰਨਾ ਮਸਤ ਹੋਇਆ ਕਿ ਉਹ ਸਿੱਖਣ ਦੀ ਪੱਕੀ ਤਰ ਲਈ ਉਸ ਇੱਕ ਦੋ ਥਾਵਾਂ ਤੋਂ ਸਰੰਗੀ ਲੈਣ ਦੀ ਕੋਸ਼ਿਸ਼ ਕੀਤੀ ਪਰ ਇੱਕ ਅਣਜਾਣ ਨੂੰ ਕਿਸੇ ਸਰੰਗੀ ਦੇ ਕੇ ਉਹਦਾ ਸਤਿਆਨਾਸ਼ ਕਰਾਉਣਾ ਸੀ ਅਖੀਰ ਉਹ ਸੱਕ ਕੇ ਘਰ ਆਪ ਹੀ ਸਰੰਗੀ ਬਣਾਉਣੀ ਆ ਰੰਭ ਦਿੱਤੀ ਤੇ ਉਹ ਆਪਣੀ ਧੁੰਚਾਸ ਨਾਲੋਂ ਕਈ ਗੁਣਾ ਵੱਧ ਕਾਮਯਾਬ ਹੋਇਆ ਤਾਰਾਂ ਤੇ ਤੰਦੀਆਂ ਉਸ ਕਿਸੇ ਸਿਆਣੇ ਵਜੰਤਰੀ ਪਾਸੋਂ ਕਸਾ ਲਈਆਂ ਤੇ ਸਰੰਗੀ ਵਜਾਉਣੀ ਸ਼ੁਰੂ ਕਰ ਦਿੱਤੀ ਪਹਿਲਾਂ ਪਹਿलो ਬਹੁਤੀ ਵਾਰ ਵਜਾਉਂਦਾ ਵਜਾਉਂਦਾ ਹੱਕ ਵੀ ਜਾਂਦਾ ਪਰ ਉਹ ਤੋਂ ਵਜਾਉਣਾ ਨਾ ਰਿਹਾ ਜਾਂਦਾ ਸਰੰਗੀ ਸਿੱਖ ਕੀ ਤੇ ਕਬੂਤਰਾਂ 'ਚ ਖੇਡ ਕੇ ਉਹਨੂੰ ਇੰਨੀ ਖੁਸ਼ੀ ਹੁੰਦੀ ਕਿ ਉਹਦੀ ਛਾਤੀ ਫੁੱਲ ਕੇ ਹੁਲਾਸ ਹੀ ਹੁਲਾਸ ਹੋ ਜਾਂਦੀ। ਉਹਦਾ ਪਿਓ ਨੂੰ ਫੇਰ ਕੋਸਣ ਲੱਗਾ। ਕਿਉਂ ਫੜ ਲਿਆ ਕੰਜਰਾਂ ਵਾਲਾ ਕੰਮ? ਬਾਬੂ ਕੀ ਲੋੜ ਆ ਗਿਆ ਜਿਸ ਰੰਗੀ ਵਜਾ ਲੈਣਾ? ਤੇਰੀ ਮਾਂ ਦੀ ਕਿਸੇ ਨੇ ਸਾਖ ਨਹੀਂ ਕਰਨਾ ਤੇ ਆਤ ਜਾਏਗਾ। ਘਰ ਤੇ ਜ਼ਮੀਨ ਸ਼ਰੀਕ ਸਾਂਭਣਗੇ ਸ਼ਰੀਕ। ਤੂੰ ਮੈਨੂੰ ਕਿਉਂ ਔਖਾ ਕਰਦਾ? ਉਹਦਾ ਪਿਓ ਗੁੱਸੇ ਦਾ ਭਰਿਆ ਬਾਹਰ ਨੂੰ ਚਲਾ ਗਿਆ। ਜਾਗਰ ਸੋਚਣ ਲੱਗਿਆ। ਬਈ ਜੇ ਸਾਗ ਨਾ ਹੋਇਆ ਫਿਰ ਕਿਤੇ ਕੀ ਹੋਜੂਗਾ ਪਰ ਪੱਕੀ ਰੋਟੀ ਵੀ ਤੇ ਕਰਮਾਲਿਆਂ ਨੂੰ ਹੀ ਮਿਲਦੀ ਐ ਬਾਪੂ ਆਥਣ ਸਵੇਰ ਹੱਥ ਸਾੜਦਾ ਨੇਰੇ ਘਰ ਚ ਦੀਵਾ ਮੱਚਦਾ ਜ਼ਰੂਰ ਚਾਹੀਦਾ ਉਸ ਦਿਨ ਜਾਗਰ ਨੇ ਸਰੰਗੀ ਨਾ ਵਜਾਈ ਤੇ ਕਿੱਲੇ ਟੰਗੀ ਨੂੰ ਘੋਰ ਦਾ ਪੌੜੀ ਚੜ ਗਿਆ ਉਹਦੀ ਝੋਲੀ ਚ ਬਾਜਰਾ ਸੀ ਜਿਹੜਾ ਉਹ ਉਸ ਕਬੂਤਰਾਂ ਨੂੰ ਪਾਤਾ ਚੀਨੀ ਨੂੰ ਉਹ ਕੋਲ ਬਹਿ ਕੇ ਨਿਤ ਦੋ ਗਿਰੀਆਂ ਬਦਾਮ ਦੀਆਂ ਦਿਆ ਕਰਦਾ ਸੀ ਤੇ ਦਿਨੋਂ ਦਿਨ ਉਸ ਚ ਮੋਹੀ ਦਾ ਤੁਰਿਆ ਜਾਂਦਾ ਸੀ ਤੇ ਉਸ ਉਦਾਸ ਚਿਹਰੇ ਚੀਨੀ ਨੂੰ ਹੱਥਾਂ ਤੇ ਚੁੱਕਦਿਆਂ ਕਿਆ ਬਾਪੂ ਆਖਦਾ ਮੈਂ ਕਬੂਤਰ ਕਿਉਂ ਨਹੀਂ ਛੱਡਦਾ ਭਲਾ ਚੀਨੀ ਛੱਡ ਕੇ ਮੇਰਾ ਜੀ ਲੱਗ ਜਾਏਗਾ ਮੈਂ ਤਾਂ ਚੀਨੀ ਤੋਂ ਦੀ ਸਾਰਾ ਜੱਗ ਵਾਰਦੇ ਆ ਪਰ ਇਹ ਕੁਝ ਆਖਣ ਤੇ ਵੀ ਅੱਜ ਉਹਨੂੰ ਘਰ ਚ ਦੀਵੇ ਮੱਚਦੇ ਦਾ ਖਿਆਲ ਭੁੱਲਿਆ ਨਹੀਂ ਸੀ ਉਹ ਛੱਤ ਤੇ ਬੈਠਾ ਸੀ ਤੇ ਉਹਦੇ ਕਬੂਤਰ ਬਾਜਰਾ ਝੁਗ ਰਹੇ ਸਨ ਉਹਦੇ ਗਵੰਡਨ ਬਹੁ ਕੋਠੇ ਤੇ ਬਾਲਣ ਲੈਣ ਚੜੀ ਜਾਗਰ ਨੇ ਉਹਨੂੰ ਦੇਖਿਆ ਉਸ ਨਾਲੋਂ ਵੀ ਬਹੁਤੀ ਉਦਾਸ ਤੇ ਰੁਨੀ ਰੁਨੀ ਰਹਿੰਦੀ ਸੀ ਜਿਵੇਂ ਉਹਨੂੰ ਦੁੱਖਾਂ ਨੇ ਮਿੱਦੀ ਸੁੱਟਿਆ ਸੀ। ਉਹਦਾ ਮਾਲਕ ਉਹ ਤੋਂ ਬੜਾ ਕੰਮ ਕਰਾਉਂਦਾ ਸੀ ਤੇ ਉਹਨੂੰ ਪਸ਼ੂਆਂ ਵਾਂਗ ਨੇਤੀ ਘੁੱਟਦਾ ਸੀ। ਇਸ ਗੱਲ ਦਾ ਜਾਗਰ ਨੂੰ ਪਤਾ ਸੀ ਪਰ ਉਹ ਕੁਝ ਨਹੀਂ ਸੀ ਕਰ ਸਕਦਾ। ਅੱਜ ਉਹਨੂੰ ਜੀਤੋ ਤੇ ਬੜਾ ਤਰਸ ਆਇਆ। ਉਸ ਮਨ ਚ ਦੁੱਖ ਮਹਿਸੂਸ ਕਰਦੇ ਆਂ ਪੁੱਛਿਆ। ਅੱਜ ਵੀ ਦਿਯਾਲੇ ਨੇ ਤੈਨੂੰ ਮਾਰਿਆ? ਜੀਤੋ ਨੇ ਹਾਂ ਚ ਸਿਰ ਹਿਲਾਇਆ ਪਰ ਮੂੰਹੋਂ ਕੁਝ ਨਾ ਬੋਲੀ। ਗਮ ਬੋਲ ਹੀ ਨਹੀਂ ਸਕਦਾ। ਤੂੰ ਪੇਕੇ ਕਿਉਂ ਨਹੀਂ ਚਲੀ ਜਾਂਦੀ? ਇੰਨੀ ਗੱਲ ਸੁਣ ਕੇ ਜੀਤੂ ਅੱਖਾਂ ਭਾਰਾਈ ਤੇ ਜਾਗਰ ਦੇ ਨੇ ਦਿਲ ਚ ਪਛਤਾਵਾ ਕੀਤਾ ਜਿਵੇਂ ਉਹ ਤੋਂ ਕੋਈ ਪ੍ਰਾਂਦ ਹੋ ਗਿਆ ਸੀ ਉਹ ਬਹੁਤ ਗਰੀਬ ਨੇ ਜੀਤੂ ਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੁੰਝਦੇਆਂ ਕਿਹਾ ਤੇ ਉਹ ਪਾਥੀਆਂ ਚੁੱਕ ਕੇ ਥੱਲੇ ਚਲੀ ਗਈ ਉਹਦੀ ਹਿੱਕ ਵੀ ਨਿਤ ਮਗਦੀ ਪਾਥੀ ਜਪਦੀ ਸੀ ਉਸ ਦਿਨ ਤੋਂ ਪਿੱਛੋਂ ਜੀਤੂ ਨਾਲ ਉਹਦੀਆਂ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਜੀਤੂ ਹਮਦਰਦ ਜਾਣ ਕੇ ਆਸਰੇ ਵੱਜੋਂ ਨੇੜੇ ਹੁੰਦੀ ਗਈ ਅਖੀਰ ਦੋਹਾਂ ਨਿੱਕਲ ਜਾਣ ਦੀ ਮਿੱਥ ਲਈ ਤੇ ਨੇਰਾ ਹੁੰਦਿਆਂ ਛੱਪੜ ਲਾਗੇ ਪੂਜਾਮਲੀ ਦੀਆਂ ਕਿਕਰਾਂ ਹੇਠ ਇਕੱਠੇ ਹੋਣ ਦਾ ਇਕਰਾਰ ਪੱਕਾ ਕੀਤਾ। ਆਥਰ ਨੂੰ ਜਾਗਰ ਦੇ ਪਿਓ ਨੇ ਉਹਨੂੰ ਕਿਹਾ ਪ੍ਰਤਾਪ ਸਿੰਘ ਦੇ ਘਰ ਵਾਲੀ ਆਖਦੀ ਹੈ ਜੇ ਜਾਗਰ ਕਬੂਤਰ ਛੱਡ ਦੇ ਤਾਂ ਮੈਂ ਆਪਣੀ ਭਤੀਜੀ ਦਾ ਸਾਗ ਲੈ ਆਉਣੀ ਆ। ਮੈਂ ਕੀ ਕਹਾਂ ਨਾ ਬਾਪੂ ਤੇਰੀ ਮਰਜ਼ੀ ਹੈ। ਚੰਗਾ ਫਿਰ ਇਹਨਾਂ ਨੂੰ ਦਫਾ ਕਰ ਪਰ। ਅਸੀਂ ਲੱਗੀ ਆਦਮੀ ਆ ਇਹ ਬੈਲਦਾਰੀਆਂ ਜਾਟੀ ਭੁਗਾ ਸਕਦੇ। ਜਾਗਰ ਨੂੰ ਕਬੂਤਰ ਛੱਡਣ ਲਈ ਮਸੀ ਭੱਜ ਬਣਿਆ ਸੀ ਕਿਉਂਕਿ ਰਾਤ ਨੂੰ ਤਾਂ ਉਸ ਜੀਤੋ ਨਾਲ ਕਿਤੇ ਰੇ ਜਾਣਾ ਸੀ ਉਸ ਜਦ ਰੇਲੂ ਦੇ ਘਰ ਕੋ ਉਹ ਜਦ ਰੇਲੂ ਦੇ ਘਰ ਕਬੂਤਰ ਛੱਡਣ ਗਿਆ ਉਹ ਨੂੰ ਆਪਣਾ ਜੀ ਖੁਸਤਾ ਖੁਸਤਾ ਜਾਪਿਆ ਪਰ ਨਿੱਕੇ ਮੋਹ ਨੂੰ ਵੱਡਾ ਮੋਹ ਸਦਾ ਜਿੱਤ ਲੈਂਦਾ ਰਹੇ ਮੈਂ ਥੋੜਾ ਚੱਲ ਕਿਤੇ ਲਾਂਭੇ ਜਾਣਾ ਇਹਨਾਂ ਨੂੰ ਚੰਗੀ ਤਰ੍ਹਾਂ ਸੰਭੀ ਮੇਰੀ ਚੀਨੀ ਕਿਤੇ ਉਧਰ ਹੀ ਨਾ ਜਾਵੇ ਜਾਗਰ ਨੇ ਚੀਨੀ ਵਾਲ ਮਿੱਠੀਆਂ ਤੱਕ ਦੇਆਂ ਕਿਹਾ ਜਿੱਥੇ ਮਈਆਂ ਦਾ ਲੇਖਾ ਉੱਥੇ ਤੇਰੀਆਂ ਕਟੀਆਂ ਦਾ ਵੀ ਹੋ ਜਾਏਗਾ ਰੇਲੂ ਨੇ 50-60 ਫਿਰਦੇ ਕਬੂਤਰਾਂ ਵੱਲ ਦੇਖ ਕੇ ਕਿਹਾ ਕਬੂਤਰਿਆਂ ਨਾਲ ਗੁਟਕ ਦੇ ਕਬੂਤਰ ਰੇਲੂ ਨੂੰ ਖਿੜ ਖੜਾ ਜਾਂਦੇ ਸੀ ਉਹਦੇ ਚਿਹਰੇ ਦੀਆਂ ਮੁਸਕਾਨਾਂ ਚਿੱਟੇ ਨੀਲੇ ਰਤੇ ਕਬੂਤਰਾਂ ਦੀਆਂ ਫੁੱਲੀਆਂ ਧੌਣਾ ਤੇ ਚਮਕਦੀਆਂ ਲਿਸ਼ਕਾਂ ਜਪਦੀਆਂ ਸਨ ਜੱਗਰ ਨੂੰ ਰੋਟੀ ਖਾਣੇ ਆ ਉਹਦੇ ਪਿਓ ਨੇ ਕਬੂਤਰ ਛੱਡ ਦੇਣ ਤੇ ਹੋਰ ਸਿੱਖਿਆ ਦਿੰਦੇ ਆ ਕਿਆ ਲਾਗੀ ਮਾੜਾ ਹੋ ਕੇ ਨਹੀਂ ਦਿਨ ਕੱਟ ਸਕਦਾ ਭਲੇ ਮਾਨਸ ਲਾਗੀ ਦੀ ਲੋਕ ਇੱਜ਼ਤ ਕਰਦੇ ਨੇ ਤੂੰ ਥੋੜੇ ਦਿਨਾਂ ਨੂੰ ਵੇਖੀ ਜਦੋਂ ਤੇਰੀ ਬਹੂ ਘਰ ਆਗੀ ਰੋਟੀ ਖਾਂਦੇ ਆਪਣੇ ਬਾਪੂ ਦੀ ਗੱਲ ਸੁਣ ਕੇ ਉਹਨੂੰ ਪਹਿਲੀ ਵਾਰ ਖਿਆਲ ਆਇਆ ਕਿ ਉਹ ਮਾੜਾ ਕੰਮ ਕਰ ਰਿਹਾ ਜੱਟਾਂ ਦੀ ਤੀਵੀਂ ਕੱਢ ਲੈ ਜਾਣੀ ਕਿੰਨੀ ਭੈੜੀ ਗੱਲ ਹੈ ਜੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਦੋਹਾਂ ਨੂੰ ਜਾਨੋਂ ਮਾਰ ਦੇਣਗੇ ਉਹ ਬਹੁਤ ਕੁਝ ਸੋਚਦਾ ਬਾਹਰ ਨੂੰ ਚਲਾ ਗਿਆ ਹਾਂ ਮਾਰ ਨਾ ਦੇਣਗੇ ਉਹ ਮਾਂ ਦੀ ਰਵਾ ਉਸ ਆਪਣੇ ਦਿਲ ਦੇ ਲਹੂ ਤੇ ਜਵਾਨੀ ਦੇ ਜ਼ੋਰ ਨੂੰ ਮਹਿਸੂਸ ਕਰਦਿਆਂ ਮਨ ਚ ਕਿਹਾ ਉਸ ਥੋੜੇ ਸਮੇਂ 'ਚ ਜੀਤੂ ਦੇ ਲੈ ਜਾਣ ਨੂੰ ਕਈ ਵਾਰ ਰੱਦਿਆ ਤੇ ਕਬੂਲਿਆ ਪਰ ਕਿਸੇ ਸਿੱਟੇ ਤੱਕ ਨਾ ਪਹੁੰਚ ਸਕਿਆ ਨੇਰੇ ਹੁੰਦੇ ਆ ਉਹਦੇ ਪੈਰ ਆਪਣੇ ਇਕਰਾਰ ਵਾਲੇ ਥਾਂ ਨੂੰ ਹਿੱਲ ਤੁਰੇ ਉਹ ਥੋੜਾ ਚਿਰ ਇੱਕ ਕਿਕਰ ਹੇਠ ਨੇਰੇ 'ਚ ਹੋ ਕੇ ਖਿਲੋਤਾ ਰਿਹਾ ਉਹਦਾ ਦਿਲ ਜ਼ੋਰੀਂ ਧੜਕ ਰਿਹਾ ਸੀ ਤੇ ਉਹ ਡੀਕ 'ਚ ਅੱਤ ਕਾਲਾ ਥੋੜੇ ਚਿਰ ਪਿਛੋਂ ਉਸ ਹਨੇਰੇ 'ਚ ਹਲਦੀ ਕਲੈਰ ਵੇਖੀ ਜੀਤੀ ਬਾਦੇ ਬੁੱਲੇ ਤੋਂ ਵੀ ਤਰਬਕ ਦੀ ਉਸ ਕੋ ਲਾ ਗਈ ਉਹਦੇ ਧੜਕਦੇ ਦਿਲ ਨੇ ਲੰਮੇ ਹੋ ਕੇ ਚ ਤਸਕੀਨ ਦਾ ਸਾਲਾ ਚਲ ਹੁਣ ਵਗ ਚਲ ਜਾਗਰਾ ਮੇਰੇ ਜੀ ਨੂੰ ਪਤਾ ਨਹੀਂ ਕੀ ਹੁੰਦਾ ਜਾਂਦਾ ਜੀਤੋ ਕਈ ਪ੍ਰਕਾਰ ਦੇ ਮਿਲੇ ਜੁਲੇ ਡਰਾਂ ਨਾਲ ਕੰਬ ਰਹੀ ਸੀ ਉਲੰਮੀ ਕੈਦ ਤੋਂ ਨਿਕਲ ਕੇ ਵੀ ਹਾਲੇ ਖੁਦ ਨੂੰ ਕੈਦ ਨਹੀਂ ਸਮਝ ਰਹੀ ਸੀ ਜੀਤੋ ਜਾਗਰ ਦੇ ਦਿਲ ਤੇ ਸਾਰਾ ਨੇਰਾ ਦੁੱਖ ਰੋਕ ਬਣ ਕੇ ਉੱਲਰ ਆਇਆ ਹਾਂ ਕੀ ਆ ਜਾਗਰਾ ਹੁਣ ਤੁਰਦਾ ਘਾਤੋ ਨਹੀਂ ਜੀਤੋ ਆਪਣੇ ਕਾਲੇ ਸਾਹ ਚ ਖੌਂਕਦੀ ਜਾਂਦੀ ਸੀ ਜੀਤੋ ਮੈਂ ਲੱਗ ਗਈ ਹਾਂ ਲੱਗੀ ਸਭ ਦੀ ਇੱਜ਼ਤ ਦੇ ਸਾਂਝੀ ਹੁੰਦੇ ਨੇ ਤੇਰਾ ਵੀ ਨਿਕਲ ਕੇ ਮੂੰਹ ਕਾਲਾ ਹੋ ਜਾਏਗਾ ਉਹ ਪੁਲਿਸ ਪਿੱਛੇ ਲਾ ਕੇ ਆਪਾਂ ਨੂੰ ਫੜ ਲੈਣਗੇ ਇਹ ਬਹੁਤ ਮਾੜੀ ਗੱਲ ਹੋਊ ਤੂੰ ਮੇਰੇ ਅੱਖੇ ਘਰ ਨੂੰ ਮੁੜ ਜਾ ਥੋੜੇ ਚਿਰ ਜੀ ਜਾਗਰ ਦਾ ਦਿਮਾਗ ਜ਼ਿੰਦਗੀ ਦੇ ਕਈ ਵਿਸ਼ਿਆਂ ਦਾ ਸਫ਼ਰ ਕਰ ਗਿਆ ਅਥਵਾ ਹਾਰੀ ਜ਼ਿੰਦਗੀ ਬੇਵਸੀ ਦੇ ਦਰਪਣ ਚ ਆਪਣੀ ਸਹੀ ਤਸਵੀਰ ਵੇਖਦੀ ਹੈ ਜਦੋਂ ਤੂੰ ਮੇਰੇ ਵੱਲ ਨੇ ਮੈਂ ਤੇਰੀ ਆ ਫਿਰ ਕਾ ਤੂੰ ਡਰਦਾ ਤੂੰ ਹੀ ਤਾਂ ਮੈਨੂੰ ਇੰਨਾ ਹੌਸਲਾ ਦਿੱਤਾ ਸੀ ਜੀ ਤੂੰ ਨੇ ਮਾਇੂਸ ਹੰਗਲਾ ਮੋੜਦਿਆਂ ਉੱਤਰ ਦਿੱਤਾ ਠੀਕ ਹੈ ਪਰ ਪਿੱਛੋਂ ਮੇਰੀ ਪਿਓ ਦੀ ਸਾਰੇ ਜੱਟ ਦਾੜੀ ਪੁੱਟਣਗੇ ਤੇ ਕੰਜਰਾ ਕੰਜਰਾ ਆਖਣਗੇ। ਜਾਗਰਾ ਮੇਰੇ ਵੀ ਮਾਪੇ ਐ। ਇਹ ਗੱਲ ਆਖਦੇ ਆਂ ਜੀਤੋ ਨੂੰ ਆਪਣੇ ਅੰਦਰ ਇੰਨਾ ਦੁੱਖ ਹੋਇਆ ਜਿਨਾਂ ਔਰਤ ਨੂੰ ਜ਼ਿੰਦਗੀ 'ਚ ਕਦੇ ਕਦਾਈ ਨਹੀਂ ਹੁੰਦਾ। ਇਸੇ ਕਰਕੇ ਮੈਂ ਆਖਦਾ ਤੂੰ ਮੁੜ ਜਾ। ਇਹ ਕੰਮ ਸਾਡੇ ਵਾਸਤੇ ਚੰਗਾ ਨਹੀਂ। ਜਾਗਰ ਆਪ ਵੀ ਬੜਾ ਦੁਖੀ ਸੀ ਪਰ ਉਹਦਾ ਹੌਸਲਾ ਸਾਹਮਣੇ ਆਏ ਬੰਦਨਾ ਨੂੰ ਨਾ ਤੋੜ ਸਕਿਆ। ਜੀਤੋ ਦੀ ਜ਼ਿੰਦਗੀ ਚਮਕੀ ਆਸ਼ਾ 부ਝ ਗਈ ਮਾਰਕੁਟਾਈ ਤੇ ਲੰਮੀ ਕੈਦ ਉਹਦੇ ਸਾਹਮਣੇ ਸੀ। ਨਿਰਾਸ਼ ਲੋਈ ਬਹੁਤ ਸੰਗਣਾ ਹੋ ਗਿਆ ਉਹਨੂੰ ਇਉਂ ਜਾਪਿਆ ਜਿਵੇਂ ਉਹ ਸਾਰੀ ਉਮਰ ਬਿਮਾਰ ਰਹੀ ਹੈ ਤੇ ਬਿਮਾਰੀ ਦੇ ਰੋੜ ਚ ਹੁਣ ਜ਼ਿੰਦਗੀ ਦਮ ਤੋੜ ਰਹੀ ਹੈ ਉਹਨੂੰ ਪਤਾ ਤੱਕ ਨਾ ਲੱਗਾ ਉਹ ਕਦੋਂ ਡਿਗਦੀ ਠੰਦੀ ਘਰ ਪੁੱਜ ਗਈ ਪਰ ਸਵਾਤ ਅੱਗੇ ਜਾ ਕੇ ਉਹ ਦਾੜ ਦੇ ਕੇ ਡਿਗ ਪਈ ਉਹਦੀ ਸੱਸ ਹਾਈ ਕੁੜੇ ਕੀ ਹੋ ਗਿਆ ਆਖ ਦੀ ਉਸ ਵੱਲ ਭੱਜੀ ਜੀਤੋ ਨੂੰ ਦੰਦਲ ਪੈ ਚੁੱਕੀ ਸੀ ਸੱਸ ਨੇ ਖੁਰਚਣੇ ਦੇ ਇੱਕ ਪਾਸੇ ਨਾਲ ਦੰਦਲ ਤੋੜੀ ਮੂੰਹ ਚ ਪਾਣੀ ਪਾਇਆ ਉਹਨੂੰ ਚੁੱਕ ਕੇ ਅੰਦਰ ਪਾਤਾ ਤੇ ਜੀਤੋ ਬੇਸੁਰਤਾ ਵਾਂਗ ਆਵਾਤ ਵਾਵਾ ਕਰੀ ਸੀ ਉਦੀ ਸਾਸ ਨੂੰ ਜिन्न ਭੂਤ ਚੰਬੜ ਜਾਣ ਦਾ ਸ਼ੱਕ ਪਿਆ। ਹੋਰ ਚੰਗੀ ਪੱਲੀ ਘਰੋਂ ਗਈ ਨੂੰ ਹੋ ਕੀ ਸਕਦਾ। ਡੇਰੇ ਦੇ ਭਾਈ ਮੁਕੰਦ ਸਿੰਘ ਨੂੰ ਸੱਦਿਆ। ਉਸ ਦੋਵੇਂ ਨਬਜ਼ਾਂ ਦੇ ਸਿਰ ਮਾਰਿਆ ਕਿ ਕੁਝ ਨਹੀਂ ਸਮਝ ਪੈਂਦਾ। ਹੋਰ ਕਈ ਹਕੀਮ ਲਿਆਂਦੇ ਸਭਨਾਪੋ ਆਪਣੀਆਂ ਦਵਾਈਆਂ ਦਿੱਤੀਆਂ ਪਰ ਜੀਤੋ ਦੇ ਦਿਲ ਲੋਹਾ ਹੋ ਚੁੱਕੇ ਗਮ ਨੂੰ ਕੋਈ ਵੀ ਨਾ ਢਾਲ ਸਕਿਆ। ਉਹ ਦਿਨੋਂ ਦਿਨ ਬਰੀਕ ਤਾਪ ਨਾਲ ਲਿਸੀ ਹੁੰਦੀ ਗਈ। ਉਹਨੂੰ ਕੀਮਤੀ ਤੋਂ ਕੀਮਤੀ ਦਵਾਈਆਂ ਦਿੱਤੀਆਂ ਗਈਆਂ। ਪਰ ਜੀਤੋ ਦੇ ਚਿਹਰੇ ਤੇ ਭੋਰਾ ਰੋਨ ਆਈ ਉਹ ਸੱਤਾਂ ਮਹੀਨੇ ਪਿੱਛੋਂ ਬਰੀਕ ਤਾਪ ਖੰਗ ਨਾਲ ਸਦਾ ਲਈ ਖਾਮੋਸ਼ ਗਮ ਚ ਕੁਲ ਕੇ ਮਰ ਗਈ ਮਰ ਜਾਣ ਤੋਂ ਮਗਰੋਂ ਤਿਲਕਰਾਮ ਹਕੀਮ ਨੇ ਦੱਸਿਆ ਕਿ ਉਹਨੂੰ ਤਬਦਿਕ ਸੀ ਜਾਗਰ ਦਾ ਕਬੂਤਰ ਛੱਡ ਦੇਣ ਤੋਂ ਬਾਅਦ ਥੋੜੇ ਚਿਰ ਪਿੱਛੇ ਮੰਗਣਾ ਹੋ ਗਿਆ ਉਸੇ ਹਾੜੀ ਉਹਦਾ ਵਿਆਹ ਵੀ ਹੋ ਗਿਆ ਉਹਦੇ ਵਿਆਹ ਚ ਉਹਦੇ ਪਿਓ ਨੇ ਜਿਹੜੀ ਥੋੜੀ ਜੀ ਜ਼ਮੀਨ ਸੀ ਗਹਿਣੇ ਪਾਤੀ ਇਸ ਲਈ ਜਾਗਰ ਨੂੰ ਹੁਣ ਨਿਤ ਦਿਹਾੜੀ ਤੇ ਜਾਣਾ ਪੈਂਦਾ ਸੀ ਅਗੇ ਕੰਮ ਉਹਨੂੰ ਲੱਭਦਾ ਸੀ ਹੁਣ ਉਹਨੂੰ ਆਪ ਕੰਮ ਢੋਲਣਾ ਪੈਂਦਾ ਸੀ ਉਹਦੀ ਘਰ ਵਾਲੀ ਚੰਦੂ ਦੀਆਂ ਅੱਖਾਂ ਤਿੱਖੀਆਂ ਤੇ ਮੋਟੀਆਂ-ਮੋਟੀਆਂ ਸੀ ਜਿਹੜੀਆਂ ਅਗਵਾੜ ਦੇ ਮੁੰਡਿਆਂ ਦੇ ਪੈਰ ਥੜਕਾ ਦਿੰਦੀਆਂ ਜਾਗਰ ਆਪਣੀ ਘਰ ਵਾਲੀ 'ਚ ਪਰਚਕੇ ਜੀਤੂ ਨੂੰ ਅਸਲੀ ਭੁੱਲ ਗਿਆ ਸੀ ਫਿਤਰਤ ਕਿਵੇਂ ਮਨੁੱਖ ਦੇ ਦਿਲੋਂ ਜ਼ਿੰਦਗੀ ਚਾਹੀ ਪੁਚਾਲ ਵੀ ਇੱਕ ਲਹਿਰ ਵਾਂਗ ਮਿਟਾ ਦਿੰਦੀ ਹੈ ਜਾਗਰ ਨੂੰ ਆਪਣੀ ਗਹਿਣੇ ਪਈ ਪਹਿਲੀ ਛੁਡਾਣ ਦੀ ਚਿੰਤਾ ਦਿਨੋਂ-ਦਿਨ ਖੋਰ ਰਹੀ ਸੀ ਉਸ ਬੜੀ ਹਿੱਕ ਢਾਕੇ ਕੰਮ ਕੀਤਾ ਫਿਰ ਵੀ ਸਾਰਾ ਸਾਲ ਮਾਰ ਕੇ ਉਹ ਮਸਾਪੜੀ ਜ਼ਮੀਨ ਦਾ ਚੌਥਾ ਹਿੱਸਾ ਹੀ ਛੁਡਾਇਆ ਅਗਲੇ ਸਾਲ ਲਈ ਉਸ ਆਪਣੇ ਸਾਥੀ ਸਰਦਾਰੇ ਨਾਲ ਡੇਰਾਦੂਨ ਜਾ ਕੇ ਕੰਮ ਕਰਨ ਦੀ ਮਿੱਥ ਲਈ ਕਿਉਂਕਿ ਜੰਗ ਲੱਗ ਜਾਣ ਨਾਲ ਸ਼ਹਿਰੀ ਕਾਰੀਗਰ ਮਹਿੰਗੇ ਹੋ ਗਏ ਸੀ ਤੇ ਗਵਰਨਮੈਂਟ ਦੇ ठेकेदार 5 5 6 6 ਰੁਪਏ ਦਿਹਾੜੀ ਦਿੰਦੇ ਸੀ ਉਹ ਵੀ ਆਪਣੀ ਕਿਸਮਤ ਬਣਾਉਣ ਲਈ ਡੇਰਾਦੂਨ ਚਲਾ ਗਿਆ ਜਾਗਰ ਨੂੰ ਡੇਰਾਦੂਨ ਗਿਆ ਕਈ ਮਹੀਨੇ ਹੋ ਗਏ ਪਿਛੋ ਉਹਦੇ ਪਿਓ ਤੇ ਚੰਦੂ ਵਿੱਚ ਘਰ ਲੜਾਈ ਰਹਿਣ ਲੱਗ ਪਈ ਦੋਹਾਂ ਨੇ ਇੱਕ ਦੂਜੇ ਦੇ ਵਿਰੁੱਧ ਸ਼ਿਕਾਇਤਾਂ ਲਿਖ ਭੇਜੀਆਂ ਜਾਗਰ ਨੇ ਦੋਹਾਂ ਨੂੰ ਉੱਤਰ ਦਿੱਤਾ ਵੀ ਰਲ ਕੇ ਦਿਨ ਕੱਟੋ ਚੰਦੋਂ ਨੇ ਉਹਨ ਫੇਰ ਲਿਖਿਆ ਵੀ ਸਾਨੂੰ ਖੜੀ-ਖੱਟੀ ਦੀ ਕੋਈ ਲੋੜ ਨਹੀਂ ਮੇਰਾ ਜੀ ਨਹੀਂ ਲੱਗਦਾ ਤੂੰ ਘਰ ਨੂੰ ਆ ਜਾ ਹੁਣੇ ਛੇਤੀ ਤੂੰ ਛੇਤੀ ਬਸ ਆਹੋ ਤੈਨੂੰ ਬਸ ਆਹੋ ਤੈਨੂੰ ਤਕੀਦ ਹੈ ਪਰ ਜਾਗਰ ਪੈਸਿਆਂ ਦੇ ਲਾਲਚੀ ਲੱਗਾ ਰਿਹਾ ਤੇ ਉਸ ਚਿੱਠੀਆਂ ਦੇ ਉੱਤਰ ਦੇਣੇ ਵੀ ਯੋਗ ਨਾ ਸਮਝੇ ਇਧਰ ਨਿਰਦੋਸ਼ ਚੰਦੋ ਤੇ ਉਹਦਾ ਸਹਰਾ ਤੌਮ ਤਾਂ ਲਾਉਣ ਲੱਗ ਪਿਆ ਤੂੰ ਫੁਲਾਣੇ ਦੇ ਘਰ ਕਿਉਂ ਜਾਨੀ ਐ ਇੰਨਾ ਨਾ ਚੇਰ ਬਾਹਰ ਕੀ ਕਰਦੀ ਰਹਿਨੀ ਐ ਤੂੰ ਸ਼ਕੀਨੀ ਕਾ ਤੌ ਲਾਨੀ ਐ ਬੁੱਢਾ ਝੁਰੜਿਆ ਦਿਲ ਯੋਗ ਤਰੰਗਾ ਨੂੰ ਕੀ ਜਾਣਦਾ ਪਰ ਉਹਦੇ ਤਾਨਿਆਂ ਮਹਿਣਿਆਂ ਦੇ ਉਲਟ ਚੰਦੋ ਨੂੰ ਧੂਣ ਸੁਭਾਇ ਮਚਾਉਂਦੀ ਰਹੀ ਉਹਦਾ ਸੁਭਾਅ ਕਾਫੀ ਖੁੱਲਾ ਹੋ ਚੁੱਕਾ ਸੀ ਕਿਉਂਕਿ ਪਿਓ ਪੁੱਤ ਦੋਹਾਂ ਨੇ ਉਹਨੂੰ ਆਉਣਿਆਂ ਸਾਰੇ ਹੱਥਾਂ ਦੇ ਚੁੱਕ ਲਿਆ ਸੀ ਤੇ ਔਰਤ ਦੇ ਬਣ ਚੁੱਕੇ ਸੁਭਾਅ ਨੂੰ ਤੋੜਨਾ ਮੁਸ਼ਕਲ ਹੀ ਨਹੀਂ ਸੁਭਾਅ ਅਸੰਭਵ ਹੀ ਹੁੰਦਾ ਅਖੀਰ ਬੁੱਢੇ ਦੀ ਜ਼ਿੱਦ ਤੇ ਤਾਨੇ ਮੇਣੀ ਰੰਗ ਲੈ ਆਏ ਜੋ ਚੰਦੋਂ ਨੇ ਨਹੀਂ ਹੋਣਾ ਸੀ ਉਸ ਲਈ ਮਜਬੂਰ ਹੋ ਗਈ। ਉਹਦੀ ਜੀਤੋ ਦੇ ਮਾਲਕ ਦਿਆਲੂ ਨਾਲ ਅਸ਼ਨਾਈ ਹੋ ਗਈ। ਜਿਹੜਾ ਉਹਦੇ ਅੱਗੇ ਪਿੱਛੇ ਕਈ ਮਹੀਨਿਆਂ ਤੋਂ ਫਿਰਦਾ ਸੀ। ਇਹ ਚਰਚਾ ਵੀ ਅਗਵਾੜ ਚੱਕ ਦੇ ਭੁੱਖੇ ਵਾਂਗ ਖਿਲਰ ਗਈ। ਇੱਕ ਦਿਨ ਇੱਕ ਹੋਰ ਮੁੰਡੇ ਨੇ ਉਹਨਾਂ ਦੋਹਾਂ ਨੂੰ ਮਿਲਦੇਆਂ ਵੇਖ ਲਿਆ ਤੇ ਸਾਰੇ ਰੌਲਾ ਪਾਤਾ। ਤੇ ਜਾਗਰ ਨੂੰ ਉਹਦੇ ਪਿਓ ਨੇ ਤਾਰ ਦਿੱਤੀ ਕਿ ਛੇਤੀ ਆ ਜਾ। ਜਾਗਰ ਨੇ ਤੀਜੇ ਦਿਨ ਆ ਕੇ ਸਾਰੀ ਗੱਲ ਸੁਣ ਲਈ। ਉਦਾ ਸਰੀਰ ਕੱਪੜੇ ਅੰਦਰ ਮੱਚੀ ਜਾ ਰਿਹਾ ਸੀ ਉਸ ਚੰਦੋ ਨੂੜਕਾਂ ਦਾ ਕੁੱਟਿਆ ਪਰ ਕੋਟੋਂ ਰੱਦੀ ਵਿਗੜੇ ਮੰਦਾ ਇਲਾਜ ਨਹੀਂ ਸਗੋਂ ਉਹਨੂੰ ਬਗਾਵਤ ਲਈ ਹੋਰ ਤਕੜਿਆਂ ਕਰਦੀ ਹੈ ਮਾਰਦਾ ਡਰ ਔਰਤ ਨੂੰ ਮਰਦ ਦੀ ਹਾਜ਼ਰੀ 'ਚ ਸ਼ਾਇਦ ਅਧੀਨ ਤੇ ਕਾਬੂ ਕਰ ਰੱਖੇ ਪਰ ਅੱਖੋਂ ਔਲੇ ਹੁੰਦੀਆਂ ਜੋ ਬਾਕੀ ਬਚਦੀ ਸ਼ਰਮ ਦਾ ਪੱਲਾ ਵੀ ਪਾੜ ਸੁੱਟਦੀ ਹੈ ਜੱਗਰ ਆਪਣੀ ਠੇਕੇਦਾਰ ਤੋਂ 10 ਦਿਨ ਦੀ ਛੁੱਟੀ ਲੈ ਕੇ ਆਇਆ ਸੀ ਜਾਣ ਤੋਂ ਅੱਗੇ ਉਹਨੂੰ ਫੇਰ ਮਾਰਿਆ ਤੇ ਡਰ ਐ ਧਮਕਾਇਆ ਕਿ ਜੇ ਹੂੰ ਕੋਈ ਤੇਰੀ ਕਰਤੂਤ ਸੁਣ ਲਈ ਤਾਂ ਤੈਨੂੰ ਮਾਰ ਕੇ ਨਹਿਰ ਰੋੜ ਦੇਵਾਂਗਾ ਉਹ ਡੇਰਾ ਤੋਂ ਚਲਾ ਗਿਆ ਚੰਦੋ ਇਹਨਾਂ ਦਿਨਾਂ ਦੀ ਮਾਰਨ ਵਾਲੇ ਨਾ ਰੋਈ ਨੀ ਜਿੰਨਾ ਕਿ ਇੱਕ ਇਸਤਰੀ ਨੂੰ ਰੋਣਾ ਚਾਹੀਦਾ ਸੀ ਉਹ ਇੱਕ ਪੱਥਰ ਵਾਂਗ ਸੁੰਨਮੰਨ ਹੋ ਗਈ ਉਤੇ ਦੜਾ ਦੜ ਲੱਤਾਂ ਮੁਕੀਆਂ ਸੋਟੀਆਂ ਪਈਆਂ ਸੀ ਪਰ ਉਸ ਪੀੜ ਹੁੰਦਿਆਂ ਵੀ ਦਰਦ ਮਹਿਸੂਸ ਨਹੀਂ ਸੀ ਕੀਤਾ ਉਹ ਸਾਰੀਆਂ ਕੌੜੀਆਂ ਕਸੈਲੀਆਂ ਸੁਣੀਆਂ ਇਓਂ ਜਿਵੇਂ ਕੋਈ ਅਸਰ ਨਹੀਂ ਹੋਇਆ ਹੁੰਦਾ ਤੇ ਉਸ ਦਿয়ালੂ ਨੂੰ ਅਖੀਰ ਦੀ ਨਵੇੜਤੀ ਵੀ ਮੈਨੂੰ ਲੈ ਨਹੀਂ ਤਾਂ ਜ਼ਹਿਰ ਜਾਂ ਫੀਮ ਲਿਆ ਦੇ ਹੁਣ ਮੈਂ ਇਦੋਂ ਤਾਂ ਮਰ ਹੀ ਜਾਣਾ ਮਰ ਜਾਣ ਦਾ ਅਹਿਸਾਸ ਦੁਖੀ ਨੂੰ ਬੜੀ ਟਾਰਸ ਦਿੰਦਾ ਹੈ ਪਰ ਮਰ ਜਾਣਾ ਇੰਨਾ ਸੁਖਾਲਾ ਨਹੀਂ ਜਿੰਨਾ ਉਹਦਾ ਚਿਤਵ ਲੈਣਾ ਚੰਦੋ ਨੇ ਦਿয়ালੂ ਨੂੰ ਇੱਕ ਪ੍ਰਕਾਰ ਦਾ ਰੋਪ ਤੇ ਡਰਾਵਾ ਦਿੱਤਾ ਸੀ ਦਿয়ালੂ ਨੇ ਪਿੰਡ ਦੇ ਵੈਲੀਆਂ ਨਾਲ ਗੰਢ ਧੁੱਪ ਕੀਤੀ ਉਹਨਾਂ ਨੂੰ ਹੌਸਲਾ ਦਿੱਤਾ ਬੇਫਿਕਰ ਰਹੁ ਤਤੀਬਾ ਨਹੀਂ ਲੱਗਣ ਦਿੰਦੇ ਚੰਦੋ ਇੱਕ ਦਿਨ ਦੁਪਹਿਰੀ ਕਿਧਰੇ ਛਪਣ ਹੋ ਗਈ ਉਦੇ ਸਾਰੇ ਨਹੀਂ ਉਹਨੂੰ ਜਾਂਦੇ ਆਉਂਦੇ ਸਾਰੇ ਘਰੀ ਲੱਬਿਆ ਪਰ ਉਹ ਕਿਤੋਂ ਨਾ ਹੱਥ ਆਈ ਉਹ ਸਾਥਣ ਤੇ ਆਥਣ ਤੋਂ ਮੁੜ ساری ਰਾਤ ਚੰਦੋਂ ਨੂੰ ਡੀਖਿਆ ਪਰ ਉਹ ਲੰਘ ਚੁੱਕੇ ਸਮੇਂ ਦੀ ਇੱਕ ਲਹਿਰ ਹੀ ਹੋ ਗਈ ਜਿਹੜੀ ਕਿਸੇ ਕੀਮਤ ਤੇ ਵੀ ਨਹੀਂ ਪਰਤਦੀ ਅਗਲੇ ਦਿਨ ਉਸ ਜਾਗਰ ਨੂੰ ਮੁੜ ਤਾਰ ਦਿੱਤੀ ਉਧਰ ਵੈਲੀਆਂ ਦੀਆਲੇ ਤੋਂ ਵੀ ਚੰਦੋਂ ਨੂੰ ਖੋਲਿਆ ਤੇ ਉਹ ਦੂਜੇ ਦਿਨ ਦੀ ਸ਼ਾਮ ਨੂੰ ਖੁਸ਼ਿਆ ਜੇ ਘਰ ਮੁੜ ਆਇਆ ਕਈ ਮਹੀਨੇ ਲੰਘ ਗਏ ਚੰਦੋਂ ਪਾਲਿਆਂ ਬਿਨਾਂ ਮਿਲੀ ਜਾਗਰ ਜਿਹੜੇ ਪੈਸੇ ਡੇਰਾ ਦੋਨੋਂ ਕਮਾ ਕੇ ਲਿਆ ਸੀ ਉਹ ਵੀ ਚਲਾਕ ਤੇ ਹੁਸ਼ਿਆਰ ਵੈਲੀਆਂ ਹੱਥਾਂ ਤੇ ਚੜਾ ਕੇ ਖਾ ਲਏ ਉਸ ਲੋ ਸਖਣਾ ਹੋ ਗਿਆ ਇਹਨਾਂ ਦਿਨਾਂ ਚ ਜਾਗਰ ਨੇ ਕਈ ਵਾਰ ਖਿਆਲ ਕੀਤਾ ਕਿ ਮੈਂ ਇਹ ਨਾ ਜੱਟਾਂ ਚ ਧੀ ਭੈਣ ਦੀ ਇੱਜ਼ਤ ਦਾ ਕਿੰਨਾ ਸੰਝੀ ਰਿਆਂ ਮੈਂ ਦਿਾਲੂ ਤੇ ਉਹਦੀ ਘਰ ਵਾਲਿਆਂ ਦਾ ਰਗੜ ਕੇ ਨੱਕ ਵੱਢ ਸਕਦਾ ਸੀ ਪਰ ਹੁਣ ਉਹਦੀ ਜ਼ਿੰਦਗੀ ਇੱਕ ਟੁੰਡ ਮੁੰਡ ਵਰਗੀ ਸੀ ਜਿਦੇ ਗਲੋਂ ਇਸ਼ਕ ਪੇਚੇ ਦੀ ਵੇਲ ਲਾ ਲਈ ਗਈ ਹੋਵੇ ਕਬੂਤਰ ਹੀ ਉਹਦਾ ਇੱਕ ਮਨ ਪਰਚਾਵਾ ਰਹਿ ਗਏ ਸਨ ਕਈ ਵਾਰ ਬੁੱਕਲਟ ਆਈ ਚੀਨੀ ਉਹਦੀ ਰੂਹ ਦੇ ਪਰ ਤੜਕਾ ਆ ਜਾਂਦੀ ਸੀ ਧੰਨ